ਦੂਜੇ ਪਾਸੇ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਸਵਰਨਕਾਰ ਆਪਣੀਆਂ ਮੁਸ਼ਕਲਾਂ ਦੇ ਲਈ ਪਰੇਸ਼ਾਨ ਹੋ ਰਹੇ ਨੇ ਤੇ ਆਪਣੇ ਦਿੱਤੇ ਅਲਟੀਮੇਟਮ ਮੁਤਾਬਕ ਉਹਨਾਂ ਆਪਣਾ ਪ੍ਰਦਰਸ਼ਨ ਹੋਰ ਵੀ ਤੇਜ਼ ਕਰ ਦਿੱਤਾ ਹੈ। ਦੇਖੋ ਕਿਸ ਤਰ੍ਹਾਂ ਕੇਂਦਰ ਸਰਕਾਰ ਦਾ ਕਈ ਦਿਨਾਂ ਤੋਂ ਵਿਰੋਧ ਕਰ ਰਹੇ ਸਵਰਨਕਾਰ ਤਿੱਖੇ ਵਿਰੋਧ ਦੇ ਵਿੱਚ ਦਿਖਾਈ ਦੇਣ ਲੱਗ ਪਏ ਨੇ। ਅੱਜ ਪੂਰੇ ਪੰਜਾਬ 'ਚ ਗਹਿਣਿਆਂ ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਵਿਰੋਧ ਕਰਦੇ ਨਜ਼ਰ ਆਏ ਸਰਾਫਾ ਕਾਰੋਬਾਰੀਆਂ ਨੇ ਵਿਰੋਧ ਦਾ ਸ਼ਿਕਾਰ ਰੇਲ ਯਾਤਰੀਆਂ ਨੂੰ ਬਣਾਇਆ। ਉਸ ਤੋਂ ਬਾਅਦ ਇਹ ਪ੍ਰਦਰਸ਼ਨ ਸੜਕਾਂ, ਬਾਜ਼ਾਰਾਂ, ਗਲੀਆਂ ਤੱਕ ਜਾ ਵੜਿਆ। ਬਟਾਲਾ 'ਚ ਜਿੱਥੇ ਨਾਟਕੀ ਅੰਦਾਜ਼ 'ਚ ਅਰੁਣ ਜੇਟਲੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ, ਉੱਥੇ ਹੀ ਕੇਂਦਰ ਸਰਕਾਰ ਨੂੰ 1% ਐਕਸਾਈਜ਼ ਡਿਊਟੀ ਵਾਲੇ ਫੈਸਲੇ ਨੂੰ ਵਾਪਸ ਲੈਣ ਦੀ ਧਮਕੀ ਵੀ ਦਿੱਤੀ। ਇੰਨਾ ਹੀ ਨਹੀਂ, ਗੁਰਦਾਸਪੁਰ, ਮੋਗਾ, ਮੁਕਤਸਰ ਤੇ ਅੰਮ੍ਰਿਤਸਰ ਹਰ ਥਾਂ ਸਵਰਨਕਾਰ ਸੜਕਾਂ 'ਤੇ ਉਤਰੇ ਦਿਖਾਈ ਦਿੱਤੇ। ਅਸੀਂ ਇਹ ਕਦੇ ਮਨਜ਼ੂਰ ਨਹੀਂ ਕਰਦੇ, ਟੈਕਸ ਦੇਣ ਨੂੰ ਅਸੀਂ ਤਿਆਰ ਹਾਂ, ਭਾਵੇਂ ਸਾਡੇ ਕੋਲੋਂ 1% ਦੀ ਬਜਾਏ 2% ਲੈਣ, ਪਰ ਇਹ ਜਿਹੜਾ ਸਾਡੇ ਉੱਤੇ ਇਹ ਥੋਪਿਆ ਗਿਆ ਹੈ, ਇਹ ਇੰਸਪੈਕਟਰੀ ਰਾਜ ਥੋਪਿਆ ਗਿਆ ਹੈ, ਇਹ ਸਾਨੂੰ ਕਿਤੇ ਹੀ ਮਨਜ਼ੂਰ ਨਹੀਂ। ਅਸੀਂ 28 ਦਿਨ ਤੋਂ ਇਹ ਬੰਦ ਕਰ ਰਹੇ ਹਾਂ। ਪਹਿਲਾਂ ਤਾਂ ਅਸੀਂ ਸ਼ਾਂਤੀਮਈ ਆਪਣੇ ਘਰ ਆਪਣੀਆਂ ਦੁਕਾਨਾਂ ਦੇ ਕੋਲ ਅਸੀਂ ਇੱਕ ਪੰਡਾਲ ਲਾ ਕੇ ਜਾਂ ਆਪਣੇ ਰਾਜਪੂਤ ਭਵਨ ਦੇ ਵਿੱਚ ਬੈਠੇ ਰਹੇ ਅਤੇ ਚਲੋ ਕੋਈ ਗੱਲ ਨਹੀਂ, ਇਹ ਸਰਕਾਰ ਸਾਡੇ ਲੀਡਰ ਜਿਹੜੇ ਨੇ ਸਰਕਾਰ ਨਾਲ ਗੱਲ ਕਰ ਰਹੇ ਨੇ। ਮੈਂ ਸਮਝਣਾ ਇਹ ਸਾਡੀ ਸਰਕਾਰ ਹੈ, ਇਹ ਲੋਕਾਂ ਦੀ ਸਰਕਾਰ ਹੈ, ਇਹ ਸਾਡੀ ਗੱਲ ਜ਼ਰੂਰ ਸੁਣੇਗੀ। ਇਹ ਸਾਡੇ ਗਰੀਬ ਕਾਰੀਗਰ ਹੈ, ਉਹ ਭੁੱਖੇ ਮਰ ਰਹੇ ਨੇ ਹਨ। ਅਤੇ ਲੁਧਿਆਣੇ ਵਿੱਚ ਪਰਸੋਂ ਪ੍ਰੋਟੈਸਟ ਕੀਤਾ, ਸੈਂਕੜੇ ਬੰਦਿਆਂ ਦੀਆਂ ਲੱਤਾਂ ਤੋੜੀਆਂ, ਸਿਰ ਤੋੜੇ, ਪਾੜੇ ਗਏ ਅਤੇ ਬੜਿਆਂ ਨੂੰ ਫੜ ਕੇ ਅੰਦਰ ਕੀਤਾ ਗਿਆ, ਜਿਹੜਾ ਕਿ ਸ਼ਰੇਆਮ ਇਹ ਸਭ ਕੁਛ ਲੁਧਿਆਣੇ ਦੇ SSP, DIG, IG ਨੇ ਕਰਵਾਇਆ ਹੋਇਆ, ਪੰਜਾਬ ਸਰਕਾਰ ਦੇ ਨਾਲ ਹੀ ਹੋਇਆ। ਪੰਜਾਬ ਸਰਕਾਰ ਨੇ ਆਰਡਰ ਦਿੱਤਾ, ਸੈਂਟਰ ਨੇ ਕੀਤਾ, ਜਿਹਨੇ ਵੀ ਕੀਤਾ, ਸ਼ਾਂਤਮਈ ਸਾਤਾ ਸਾਰਾ ਕੁਛ ਸੀ, ਕਿਸੇ ਨੇ ਕੋਈ ਤੋੜ ਫੋੜ ਨਹੀਂ ਕੀਤੀ, ਕੁਛ ਨਹੀਂ ਕੀਤੀ। ਫਿਰ ਵੀ ਇਹ ਜੋ ਇੰਨਾ ਕੁਛ ਹੋਇਆ, ਇਸ ਗੱਲ ਦਾ ਉਹਨਾਂ ਨੂੰ ਹਰਜਾਨਾ ਦੇਣਾ ਪਊਗਾ ਵੀ ਨਿਹੱਤੇ ਬੰਦਿਆਂ ਦੇ ਉੱਤੇ ਜੇਕਰ ਇਹ ਕਾਨੂੰਨ ਇਹ ਲਾਠੀਚਾਰਜ ਹੋਣ ਲੱਗ ਗਿਆ, ਫਿਰ ਤਾਂ ਪੰਜਾਬ ਦਾ ਕੋਈ ਬੰਦਾ ਵੀ ਸੇਫ ਨਹੀਂ, ਇੰਡੀਆ ਦਾ ਕੋਈ ਬੰਦਾ ਸੇਫ ਨਹੀਂ। ਸਾਡੀ ਪੁਰਜ਼ੋਰ ਮੰਗ ਹੈ ਮੋਦੀ ਜੀ ਕੋਲ, ਪੰਜਾਬ ਸਰਕਾਰ ਕੋਲ, ਹਰ ਸਟੇਟ ਦੇ ਮੁੱਖ ਮੰਤਰੀ ਕੋਲ, ਕਿ ਆਪਦੀਆਂ ਜਿਹੜੀਆਂ ਸਾਡੀਆਂ ਮੰਗਾਂ, ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਅੱਗੇ ਪਾਸ ਕੀਤੀਆਂ ਜਾਣ। ਇਹ ਐਕਸਾਈਜ਼ ਡਿਊਟੀ ਦੇ ਸੰਬੰਧ ਵਿੱਚ ਹੈ ਜੋ ਕਿ ਸੈਂਟਰਲ ਗਵਰਨਮੈਂਟ ਵੱਲੋਂ ਸਰਕਾਰਾਂ ਉੱਪਰ ਲਗਾਈ ਗਈ ਐਕਸਾਈਜ਼ ਡਿਊਟੀ ਨੂੰ ਵਾਪਸ ਕਰਾਉਣ ਲਈ। ਅਸੀਂ ਕੇਂਦਰ ਨਾਲ ਇਹ ਲੜਾਈ ਲੜ ਰਹੇ ਸੀ, ਲੇਕਿਨ ਪੰਜਾਬ ਸਰਕਾਰ ਨੇ 26 ਤਰੀਕ ਨੂੰ ਲੁਧਿਆਣਾ ਦੇ ਵਿੱਚ ਸਵਰਨਕਾਰਾਂ ਉੱਪਰ ਲਾਠੀਚਾਰਜ ਕਰਕੇ ਇਹ ਸਬੂਤ ਦੇ ਦਿੱਤਾ ਹੈ ਕਿ ਇਹ ਵੀ ਕੇਂਦਰ ਦੇ ਨਾਲ ਉਹਨਾਂ ਦੀਆਂ ਨੀਤੀਆਂ ਦੇ ਵਿੱਚ ਸ਼ਾਮਿਲ ਹਨ। ਅਸੀਂ ਸਾਰੇ ਅੱਜ ਤੋਂ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਵੀ ਵਿਰੋਧ ਕਰਦੇ ਹਾਂ ਅਤੇ ਪੂਰ ਜ਼ੋਰੋਂ ਲਫ਼ਜ਼ਾਂ 'ਚ ਮੰਗ ਕਰਦੇ ਹਾਂ ਕਿ ਐਕਸਾਈਜ਼ ਡਿਊਟੀ ਨਾ ਹਟਾਈ ਗਈ ਤਾਂ ਇਹ ਸੰਘਰਸ਼ ਨੂੰ ਲੰਬਾ ਕੀਤਾ ਜਾਊਗਾ ਅਤੇ ਉਸ ਦੇ ਨਤੀਜੇ ਪੰਜਾਬ ਅਤੇ ਸੈਂਟਰ ਸਰਕਾਰ ਭੁਗਤੂਗੀ। ਇੰਨਾ ਹੀ ਨਹੀਂ, ਪੰਜਾਬ 'ਚ ਜਦੋਂ ਵੀ ਕੇਂਦਰ ਜਾਂ ਸੂਬਾ ਸਰਕਾਰ ਦੇ ਖਿਲਾਫ਼ ਕੋਈ ਤਬਕਾ ਵਿਰੋਧ 'ਚ ਉਤਰਦਾ ਦਿਖਾਈ ਦਿੰਦਾ ਹੈ ਤਾਂ ਵਿਰੋਧੀ ਪਾਰਟੀਆਂ ਬਲ ਦੀ ਝੱਗ ਪਾਉਣ ਦਾ ਕੰਮ ਬਖੂਬੀ ਨਿਭਾ ਜਾਂਦੀਆਂ ਨੇ ਅਤੇ ਨਾਲ ਹੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਫਰਜ਼ ਵੀ ਨਿਭਾ ਜਾਂਦੀਆਂ ਨੇ। ਦੇਖੋ ਕਿਸ ਤਰ੍ਹਾਂ। ਬੜਾ ਕਲੀਅਰ ਸਟੈਂਡ ਹੈ ਜੀ, ਅਸੀਂ ਸਵਰਨਕਾਰਾਂ ਦੀ ਹਮਾਇਤ ਕਰਦੇ ਹਾਂ। ਐਕਸਾਈਜ਼ ਡਿਊਟੀ ਸਮਾਪਤ ਹੋਣੀ ਚਾਹੀਦੀ ਆ, ਇਹਨਾਂ ਜਿਹੜਾ ਇੰਸਪੈਕਟਰੀ ਰਾਜ ਤੋਂ ਮੁਕਤੀ ਚਾਹੁੰਦੇ ਆ। ਇਹਨਾਂ ਦੇ ਪਹਿਲਾਂ ਵੀ 1962 ਦੇ ਵਿੱਚ ਵੀ ਇਹ ਕੰਮ ਸ਼ੁਰੂ ਹੋਇਆ ਸੀ, ਉਦੋਂ ਵੀ ਇਹਨਾਂ ਨੇ ਸੰਘਰਸ਼ ਕਰਕੇ ਵਿਦਰਾਹ ਕਰਾਇਆ ਸੀ। ਉਹ ਟੈਕਸ ਦੇਣ ਨੂੰ ਤਿਆਰ ਨੇ, ਪਰ ਇੰਸਪੈਕਟਰੀ ਰਾਜ ਤੋਂ ਲੋਕ ਸਤਾਏ ਹੋਏ, ਇਕੱਲੇ ਇਹ ਨਹੀਂ ਸਤਾਏ ਹੋਏ, ਇੰਸਪੈਕਟਰੀ ਰਾਜ ਤੋਂ ਹਰ ਮਹਿਕਮਾ ਸਤਾਇਆ ਹੋਇਆ। ਅਸੀਂ ਚਾਹੁੰਦੇ ਵੀ ਇੰਸਪੈਕਟਰੀ ਰਾਜ ਸਮਾਪਤ ਕਰਨਾ ਚਾਹੀਦਾ, ਟੈਕਸ ਇਹਨਾਂ ਦੇ 1% ਹੋਰ ਬੇਸ਼ੱਕ ਲਾ ਦੇਣ, ਉਹ ਇਹ ਮੰਨਣ ਨੂੰ ਤਿਆਰ ਆ। ਔਰ ਇਹ ਆਪਣੇ ਲੋਕ ਨੇ, ਇਹਨਾਂ ਨੂੰ ਆਪਣੀਆਂ ਹੱਕੀ ਮੰਗਾਂ ਵਾਸਤੇ ਇੱਥੇ ਬਹਿਣ ਦਿਆਂ। ਦੇਸ਼ ਦੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਕਿਹੜੀ ਗੱਲ 'ਤੇ ਇਹਨਾਂ ਨੂੰ ਪਾਲਿਆ ਹੋਇਆ। ਇਹ ਸਿੱਧੇ ਤੌਰ 'ਤੇ ਪੈਸਾ ਦੇਣ ਨੂੰ ਤਿਆਰ ਨੇ, ਇਹਨਾਂ ਕੋਲ ਕਿਉਂ ਠੱਗੀ ਨਾਲ ਲੈਣਾ ਚਾਹੁੰਦੇ ਆ? ਇਸ ਕਰਕੇ ਅਸੀਂ ਇਹਦੀ ਹਮਾਇਤ ਕਰਦੇ ਹਾਂ। ਸਾਡੇ ਲੀਡਰ ਨੇ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਸਾਰੇ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਹੈ ਇਹਦੇ ਬਾਰੇ, ਔਰ ਸਾਡੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਇਹਨਾਂ ਦੀ ਆਵਾਜ਼ ਜਿਹੜੀ ਆ ਪੰਜਾਬ ਪਾਰਲੀਮੈਂਟ ਦੇ ਵਿੱਚ ਉਠਾਉਣ। ਖੈਰ, ਸਵਰਨਕਾਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਆਪਣਾ ਵਿਰੋਧ ਹੋਰ ਤੇਜ਼ ਕਰਨ ਦੀ ਚੇਤਾਵਨੀ ਤਾਂ ਦੇ ਦਿੱਤੀ ਹੈ, ਪਰ ਵਿਰੋਧੀ ਪਾਰਟੀਆਂ ਦਾ ਇਸ ਮੁੱਦੇ ਨੂੰ ਬਣਾਉਣਾ, ਕੇਂਦਰ ਸਰਕਾਰ ਤੇ ਦਬਾਅ ਬਣਾਉਣ ਤੇ ਫੈਸਲਾ ਵਾਪਸ ਲੈਣ 'ਚ ਕਿੰਨਾ ਕੁ ਅਹਿਮ ਰੋਲ ਨਿਭਾਏਗਾ, ਇਹ ਦੇਖਣਯੋਗ ਹੈ। ਨਿਊਜ਼ ਡੈਸਕ ਤੋਂ ਸ਼ੈਰੀ ਗੌਰਵਾ ਦੇ ਨਾਲ ਬਿਊਰੋ ਰਿਪੋਰਟ, ਗਲੋਬਲ ਪੰਜਾਬ TV।